ਦੀ اپੋਜੀਸ਼ਨ ਜਿਹੜੀ ਹੈ ਉਹ ਕਹਿੰਦੀ ਹੈ ਜੀ ਸੈਂਟਰਲ ਹੱਕ ਵਿਕਾਸ ਹੀ ਨਹੀਂ ਹੋਇਆ ਕਹਿੰਦੇ ਮੈਂ ਵਿਕਾਸ ਇਹਨਾਂ ਦਾ ਨਹੀਂ ਕੀਤਾ ਮੈਂ ਲੋਕਾਂ ਦਾ ਹਲਕੇ ਦਾ ਵਿਕਾਸ ਕੀਤਾ ਹਲਕੇ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਕਿੱਡੇ-ਕੱਡੇ ਬੇੜੇ ਨਾਲੇ ਦੁਖਨਵਾਨ 40 ਕਰੋੜ ਦਾ ਪ੍ਰੋਜੈਕਟ ਸ਼ਿਵਾ ਨਗਰ 'ਚ 18.5 ਕਰੋੜ ਦਾ ਪ੍ਰੋਜੈਕਟ ਉਹਨਾਂ ਦਾ ਬੋਲਣੇ ਨਾਲ ਕੋਈ ਗੱਲ ਨਹੀਂ ਹੈਗੀ ਇਹਨਾਂ ਨੇ ਝੂਠੇ ਇਲਜ਼ਾਮ ਲਾਣੇ ਲਾਈ ਜਨ ਸੋ ਇਹ ਤਾਂ ਇਹ ਵੀ ਕਹਿੰਦੇ ਡਾਫਰ ਨਸ਼ਾ ਵੇਚਦਾ ਲੋਕਾਂ ਨੂੰ ਪਤਾ ਮੈਂ ਕੀ ਕਰਦਾ ਕੀ ਨਹੀਂ ਕਰਦਾ ਤੁਸੀਂ ਕੰਪੀਟੀਸ਼ਨ ਕਹਿੰਦੇ ਵੀ ਤੁਹਾਡਾ ਆਪਣੇ ਨਾਲ ਕੰਪੀਟੀਸ਼ਨ ਆ ਆਪਣਾ ਹਮੇਸ਼ਾ ਨਾਲ ਲੇਕਿਨ ਆਮ ਆਦਮੀ ਪਾਰਟੀ ਦੇ ਅਸ਼ੋਕ ਪ੍ਰਾਸ਼ਰ ਨੇ ਉਹ ਤੁਹਾਡੇ ਤੇ ਪਤਾ ਨਹੀਂ ਕਿਸ ਤਰੀਕੇ ਨਾਲ ਸ਼ਬਦੀ ਹਮਲਾ ਕਰਨ ਦੀ ਜਿਹੜੀ ਤਾਕਤ ਦੇ ਵਿੱਚ ਰਹਿੰਦੇ ਨੇ ਦੇਖੋ ਮੇਰੀ ਗੱਲ ਸੁਣੋ ਪਹਿਲਾਂ ਦਾ 20 ਸਾਲ ਕਾਂਗਰਸ ਵਿੱਚ ਰਹੇ ਕਾਂਗਰਸ ਰਾਹ ਇੱਕ ਦੋਨਾਂ ਥਾਂ ਕਾਂਗਰਸ ਨੂੰ ਰੋਟਿਆ ਠੀਕ ਹੈ ਫਿਰ ਆਮ ਪਾਰਟੀ ਚਲੇ ਗਏ ਫਿਰ ਕਾਂਗਰਸ 'ਚ ਆ ਗਏ ਸੋ ਇਹਨਾਂ ਦੀ ਜਿਹੜੀ ਜਿਆਦਾ ਦੇਖ ਤਾਂ ਲੋਕ ਉਹਨਾਂ ਦੀ ਰਾਜਨੀਤੀ ਕਿੰਨੀ ਹੈ ਸੱਤਾ ਦੇ ਭੁੱਖੇ ਨੇ ਸੱਤਾ ਦੇ ਲਾਲਚੀ ਨੇ ਬਣੂ ਭਾਜਪਾ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਹੈ ਕਿ ਭਾਜਪਾ ਹੋੜ ਦਾ ਕਰ ਸਕਦੀ ਹੈ ਪੰਜਾਬ ਦੇ ਵਿੱਚ ਜ ਸੈਂਟਰਲ ਹਲਕੇ 'ਚ ਤਾਂ ਭਜਪਾ ਦਾ ਸਫਾਇਆ ਇਹਨਾਂ ਦੇ ਵਿੱਚ ਇਹਨਾਂ ਆਪਸ 'ਚ ਫਾਈਟਿੰਗ ਹੋ ਰਹੀ ਹੈ ਠੀਕ ਹੈ ਕਿ ਨਹੀਂ ਉਹ ਉਹਦੀ ਮੰਜੀ ਠੋਕ ਰਿਆ ਉਹਦੀ ਮੰਜੀ ਠੋਕ ਰਿਆ ਮੈਂ ਨਸ਼ਾ ਵੇਚਦਾ ਸੀ ਮੈਨੂੰ ਅੰਦਰ ਕਿਉਂ ਨਹੀਂ ਕਰਾ ਮੈਂ ਹੁਣ ਵੀ ਇਹਨਾਂ ਨੂੰ ਚੈਲੰਜ ਕਰਦਾ ਪੇ ਪੁਲਿਸ ਕਮਿਸ਼ਨਰ ਕੋਲ ਜਾਓ ਦਰਖਾਸਤ ਦਿਓ ਮੇਰੇ ਖਿਲਾਫ ਉਹ ਕੋ ਜਾਂਚ ਕਰਨ ਸਿੱਟ ਬਿਠਾਣ ਜੇ ਮੈਂ ਦੋਸ਼ੀ ਆ ਮੈਨੂੰ ਚੱਕ ਕੇ ਅੰਦਰ ਦੇ ਦਿਓ ਮੇਰਾ ਕਿਉਂ ਲਿਆਜ ਕਰ ਰਹੇ ਆ ਸਸੀ ਗਾਲ ਜੀ ਮੈਂ ਆਹ ਗੁਰਦੀਪ ਸਿੰਘ ਨਾਲ ਮੈਂ ਤੁਸੀਂ ਦੇਖ ਰਹੇ ਹੋ ਆ ਟਾਈਮਸ ਦਾ ਸੈਂਟਰਲ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਸੁਨਿੰਦਰ ਕੁਮਾਰ ਡਾਵਰ ਜੀ ਜਿਹੜੇ ਕਾਂਗਰਸ ਤੋਂ ਉਮੀਦਵਾਰ ਨੇ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਜਿਵੇਂ ਗੱਲ ਕੀਤੀ ਸੈਂਟਰਲ ਹਲਕੇ ਦੀ ਤਾਂ ਕਹਿੰਦੇ ਸੈਂਟਰਲ ਹਲਕੇ ਵੀ ਵਿਕਾਸ ਬਹੁਤ ਹੋਇਆ ਲੇਕਿਨ ਉੱਥੇ ਜਿਹੜੇ ਆਪੋਨੈਂਟ ਪਾਰਟੀ ਦੀ ਗੱਲ ਕੀਤੀ ਜਾਵੇ ਤੁਹਾਡੀ ਆਪੋਜੀਸ਼ਨ ਜਿਹੜੀ ਹੈ ਉਹ ਕਹਿੰਦੀ ਆ ਜੀ ਸੈਂਟਰਲ ਹਲਕੇ ਵੀ ਵਿਕਾਸ ਹੀ ਨਹੀਂ ਹੋਇਆ ਕਹਿੰਦੇ ਦੇਖੋ ਵਿਕਾਸ ਤਾਂ ਲੋਕਾਂ ਨੇ ਦੱਸਣਾ ਮੈਂ ਵਿਕਾਸ ਇਹਨਾਂ ਦਾ ਨਹੀਂ ਕੀਤਾ ਮੈਂ ਲੋਕਾਂ ਦਾ ਹਲਕੇ ਦਾ ਵਿਕਾਸ ਕੀਤਾ ਹਲਕੇ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਕਿੱਡੇ-ਕੱਟੇ ਬੇਟੇ ਨਾਲੇ ਦੁਖਨਵਾਨ 40 ਕਰੋੜ ਦਾ ਪ੍ਰੋਜੈਕਟ ਸ਼ਿਵਾ ਨਗਰ ਚ 18.5 ਕਰੋੜ ਦਾ ਪ੍ਰੋਜੈਕਟ ਤੇ ਉਸ ਤੋਂ ਇਲਾਵਾ ਸ਼ਮਸ਼ਾਨ ਘਾਟ ਦੇ ਨਾਲ 9.5 ਕਰੋੜ ਦਾ ਨਾਲੇ ਦਾ ਪ੍ਰੋਜੈਕਟ ਇਹਨਾਂ ਦੇ ਹਲਕੇ ਚ 2 ਕਰੋੜ ਸੌਣ ਨਾਲ ਸੀ ਲਾਗ ਨਾਲ ਸਕੂਲ ਬਣਾਇ ਜਿੱਦਾਂ 5 ਸਟਾਰ ਹੋਟਲ ਹੁੰਦਾ ਜੇ ਸੜਕ ਤੇ ਖੜੇ ਹੋ ਵੀ 80 ਲੱਖ ਦੀ ਲਾਗ ਨਾਲ ਬਣੀ ਹੈ ਜਾ ਕੇ ਤੁਸੀਂ ਦੇਖੋ ਕਦਵਈ ਨਗਰ ਤੇ ਵਿੱਚ ਕਿੱਡਾ ਵੱਡਾ 50 ਗੁਰ ਦੀ ਜਗ੍ਹਾ ਸਕੂਲ ਦੀ 1 ਰੁਪਏ ਵਾਸਤੇ ਲਈ ਤੋ ਦੇ ਨਾਲ ਨਾਲ 8.5 ਕਰੋੜ ਦਾ ਪ੍ਰੋਜੈਕਟ ਚੱਲ ਰਿਹਾ ਸੋ ਇਹਨਾਂ ਦਾ ਬੋਲਣੇ ਇਹਨਾਂ ਕੋਲ ਕੋਈ ਗੱਲ ਨਹੀਂ ਹੈਗੀ ਇਹਨਾਂ ਨੇ ਝੂਠੇ ਇਲਜ਼ਾਮ ਲਾਣੇ ਲਾਈ ਜਨ ਸੋ ਇਹ ਤਾਂ ਇਹ ਵੀ ਕਹਿੰਦੇ ਡਾਹ ਨਸ਼ਾ ਵੇਚਦਾ ਇਹ ਲੋਕਾਂ ਨੂੰ ਪਤਾ ਮੈਂ ਕੀ ਕਰਦਾ ਕੀ ਨਹੀਂ ਕਰਦਾ ਜਦੋਂ ਸਭ ਇੱਕ ਸਵਾਲ ਇਹ ਬਣਦਾ ਵਾ ਜਿਵੇਂ ਹੁਣ ਗੱਲ ਕੀਤੀ ਹੈ ਆਪਸ਼ਨ ਪਾਰਟੀ ਆਮ ਆਦੀ ਪਾਰਟੀ ਹੋਵੇ ਭਾਜਪਾ ਹੋਵੇ ਜਾਂ ਦੂਜੇ ਸ਼ੋਮਣੀ ਕਾਲੀ ਦਲ ਹੋਵੇ ਨਾ ਤੁਸੀਂ ਕੰਪੀਟੀਸ਼ਨ ਕਹਿੰਦੇ ਵੀ ਤੁਹਾਡਾ ਆਪਣੇ ਨਾਲ ਕੰਪੀਟੀਸ਼ਨ ਆ ਆਪਣਾ ਹਮੇਸ਼ਾ ਨਾ ਲੇਕਿਨ ਆਮ ਆਦੀ ਪਾਰਟੀ ਜਿਹੜੀ ਅਸ਼ੋਕ ਪ੍ਰਾਸ਼ਰ ਨੇ ਉਹ ਤੁਹਾਡੇ ਤੇ ਪਤ ਨਹੀਂ ਕਿਸ ਤਰੀਕੇ ਨਾਲ ਸ਼ਬਦੀ ਹਮਲਾ ਕਰਨ ਦੀ ਜਿਹੜੀ ਤਾਕਤ ਦੇ ਵਿੱਚ ਰਹਿੰਦੇ ਨੇ ਕੋ ਮੇਰੀ ਗੱਲ ਸੁਣੋ ਪਹਿਲਾਂ ਉਹਦਾ 20 ਸਾਲ ਕਾਂਗਰਸ ਵਿੱਚ ਰਹੇ ਕਾਂਗਰਸ ਰਹਿ ਕੇ ਦੋਨਾਂ ਥਾਂਾਂ ਕਾਂਗਰਸ ਨੂੰ ਰੋਟਿਆ ਠੀਕ ਹੈ ਫਿਰ ਆਮ ਪਾਰਟੀ ਚਲੇ ਕੇ ਫਿਰ ਕਾਂਗਰਸ ਚ ਆ ਗਏ ਸੋ ਇਹਨਾਂ ਦੀ ਜਿਹੜੀ ਜਿਆਦਾ ਦੇਖ ਤਾਂ ਲੋ ਇਹਨ ਸੋ ਇਹਨਾਂ ਨੂੰ ਪੁੱਛੋ ਨਾ ਰੋਜ਼ਗਾਰ ਕੀ ਇਹਨਾਂ ਦਾ ਬਿਜ਼ਨਸ ਕੀ ਇਹ ਤਾਂ ਪੁੱਛ ਲੋ ਇਹਨਾਂ ਨੂੰ ਤੁਸੀਂ ਜਾ ਕੇ ਵੇ ਤੁਹਾਡਾ ਕੀ ਕਾਰੋਬਾਰ ਕਰਦੇ ਹੋ ਤੁਹਾਨੂੰ ਆਪਣੇ ਆਪ ਤਾਂ ਲੱਗ ਜਾ ਮੇਰਾ ਕਾਰੋਬਾਰ ਤਾਂ ਡਾਈੰਗ ਦੀ ਆਟੋਮੈਟਿਕ ਫੈਕਟਰੀ ਆ ਜਿਹਦੀਆਂ ਦੁਕਾਨਾਂ ਮੈਨੂੰ ਕਿਰਾਇਆ ਆਂਦਾ ਮੇਰੀ ਜੁਆਇੰਟ ਫੈਮਿਲੀ ਆ ਪਰਮਾਤਮਾ ਦੀ ਮਿਹਰ ਤੇ ਕਿਰਪਾ ਹੈ ਸੋ ਇਹਨਾਂ ਦੇ ਕਹਿ ਨੂੰ ਲੋਕ ਇਹਨਾਂ ਦੀ ਗੱਲ ਤੇ ਵਿਸ਼ਵਾਸ ਨਹੀਂ ਕਰ ਰਹੇ ਰੋ ਪਿਟ ਰਹੇ ਨੇ ਉਹਨਾਂ ਨੂੰ ਪਤਾ ਵੀ ਜਿੱਥੇ ਲਾਵਰ ਜਾਂਦਾ ਜਿਆਰਾ ਲੋਕ ਇਕੱਠੇ ਉਹਦਾ ਸਵਾਗਤ ਕਰ ਰਹੇ ਨੇ ਸੋ ਇਹ ਮੇਰੀ ਲੋਕਪ੍ਰਿਤਾ ਤੋਂ ਬੁਖ ਲਾ ਗਏ ਨੇ ਭਰਾ ਮੇਰੇਆ ਹੋਰ ਕੋਈ ਗੱਲ ਨਹੀਂ ਅਸੀਂ ਭਾਜਪਾ ਨੂੰ ਭਾਜਪਾ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਹੈ ਕਿ ਭਾਜਪਾ ਹੋੜ ਦਾ ਕਰ ਸਕਦੀ ਹੈ ਪੰਜਾਬ ਦੇ ਵਿੱਚ ਜਾਂ ਸੈਂਟਰਲ ਹਲਕੇ ਦੀ ਗੱਲ ਕੀਤੀ ਆ ਵੀ ਸੈਂਟਰਲ ਹਲਕੇ ਹੀ ਤਾਂ ਭਾਜਪਾ ਦਾ ਸਫਾਇਆ ਇਹਨਾਂ ਦੇ ਵਿੱਚ ਇਨ ਆਪਰਚੂਨ ਫਾਈਟਿੰਗ ਹੋ ਰਹੀ ਹੈ ਠੀਕ ਹੈ ਕਿ ਨਹੀਂ ਉਹ ਉਹਦੀ ਮੰਜ਼ੀ ਠੋਕ ਰਿਆ ਉਹਦੀ ਮੰਜ਼ੀ ਠੋਕ ਰਿਆ ਸੋ ਇਸ ਕਰਕੇ ਭਾਜਪਾ ਦਾ ਤੁਸੀਂ ਜੇ ਜਲਵਾ ਦੇਖਣਾ ਹੈ ਨਾ ਉਸੀ YouTube ਦੇ ਇੱਕ ਸਤਪਾਲ ਗੁਸਾਈ ਦਾ ਨਾਮ ਪਾਓ ਪਾ ਕੇ ਉੱਥੇ YouTube ਤੇ ਉਹਦੇ ਵੱਲੋਂ ਇੱਕ ਬੋਲੇ ਹੋਏ ਭਾਜਪਾ ਨੇਤਾ ਦੇ ਇੱਕ ਬਿਆਨ ਸੁਣੋ ਸਤਪਾਲ ਗੁਸਾਈ ਇੱਕ ਵਧੀਆ ਅੱਛਾ ਇਨਸਾਨ ਸੀ ਮੈਂ ਉਹਨਾਂ ਨਾਲ ਲੜਾਈ ਲੜੀ ਚਨਾਉ ਚਨਾਉ ਜਿੱਤੇ ਆ ਵੀ ਉਹਦੇ ਕੋਲੋਂ ਹਾਰਿਆ ਵੀ ਆ ਚੰਗੇ ਬੰਦੇ ਨਾਲ ਲੜਾਈ ਲੜ ਕੇ ਮਜ਼ਾ ਆਂਦਾ ਸੋ ਅਸੀਂ ਕਿਤੇ ਵਿਆਹ ਸ਼ਾਦੀ 'ਚ ਇਕੱਠੇ ਹੁੰਦੇ ਸੀ ਇੱਕ ਦੂਜੇ ਦੇ ਗੱਲੇ 'ਚ ਅਸੀਂ ਹਾਰ ਵੀ ਪਾਉਂਦੇ ਸੀ ਠੀਕ ਆ ਸਾਡੀਆਂ ਆਪਸ ਡੈਫਾਮੇਸ਼ਨ ਦੇ ਕੇਸ ਵੀ ਚੱਲੇ ਸੋ ਉੱਥੇ ਵੀ ਅਸੀਂ ਇੱਕ ਦੂਜੇ ਦਾ ਜਫਾ ਦੋਨੋਂ ਗੱਲੇ 'ਚ ਜਫੀਆਂ ਬਾ ਕੇ ਇਕੱਠੇ ਜਾਂਦੇ ਸੀ ਹੱਸਦੇ ਬਾਹਰ ਆਉਂਦੇ ਸੀ ਇਹ ਰਾਜਨੀਤੀ ਲੜਾਈ ਹੈ ਕੋਈ ਉਦਾਂ ਨਹੀਂ ਝੋਟੇ ਕਿਸਦੇ ਇਲਜ਼ਾਮ ਲਾਣੇ ਜਨਤਾ ਨੂੰ ਸਭ ਪਤਾ ਜੇ ਕਹਿੰਦੇ ਨੇ ਮੇਰੇ ਤੇ ਮਾਰੇ ਲਾ ਸ਼ਬਦ ਕਹਿੰਦੇ ਨੇ ਨਸ਼ਾ ਵੇਚਦਾ ਡਾਵਲ ਇਹ 5 ਸਾਲ ਸੁੱਤੇ ਰਹੇ ਮੇਰੇ ਖਿਲਾਫ ਪੁਲਿਸ ਕਮਿਸ਼ਨ ਨੂੰ ਕੰਪਲੀਟ ਕਿਉਂ ਨਹੀਂ ਕੀਤੀ ਜਾਂਚ ਕਿਉਂ ਨਹੀਂ ਕਰਾਈ ਜੇ ਮੈਂ ਨਸ਼ਾ ਵੇਚਦਾ ਸੀ ਮੈਨੂੰ ਅੰਦਰ ਕਿਉਂ ਨਹੀਂ ਕਰਾਇਆ ਮੈਂ ਹੁਣ ਵੀ ਇਹਨਾਂ ਨੂੰ ਚੈਲੰਜ ਕਰਦਾ ਪੁਲਿਸ ਕਮਿਸ਼ਨਰ ਕੋਲ ਜਾਓ ਦਰਖਾਸਤ ਦਿਓ ਮੇਰੇ ਖਿਲਾਫ ਉਹਨੂੰ ਕੋ ਜਾਂਚ ਕਰਨ ਸਿੱਟ ਬਿਠਾਉਣ ਜੇ ਮੈਂ ਦੋਸ਼ੀ ਹਾਂ ਮੈਨੂੰ ਚੱਕ ਕੇ ਅੰਦਰ ਦੇ ਦਿਓ ਮੇਰਾ ਕਿਉਂ ਲਿਆਜ ਕਰ ਰਹੇ ਹੋ ਅਸੀਂ ਉਹਦੇ ਇੱਕ ਹੋਰ ਮੇਰਾ ਸਵਾਲ ਬਣਦਾ ਬਾਈ ਹੈਲਥ ਫੈਸਿਲਿਟੀ ਨੂੰ ਲੈ ਕੇ ਕਿ ਸੈਂਟਰਲ ਹਲਕੇ ਦੇ ਵਿੱਚ ਕਿਸੇ ਤਰੀਕੇ ਨਾਲ ਨਵੀਂ ਫੈਸਿਲਿਟੀ ਕੋਈ ਦਿੱਤੀ ਜਾਊਗੀ ਸੈਂਟਰਲ ਹਲਕੇ ਨੂੰ ਤੇ ਐਜੂਕੇਸ਼ਨ ਨੂੰ ਲੈ ਕੇ ਕੀ ਕੀਤਾ ਜਾਊਗਾ ਮੈਂ ਗੱਲ ਕਰਨੀ ਸੱਚੀ ਭਾਵੇਂ ਮੇਰੀ ਸਰਕਾਰ ਦੇ ਹੱਕ ਜਿ ਹੋਵੇ ਖਿਲਾਫ ਹੋਵੇ ਸਿਵਲ ਹਸਪਤਾਲ ਚ ਸਾਨੂੰ ਕੋਈ ਸ਼ਿਕਾਇਤਾਂ ਹੈਗੀਆਂ ਅਸੀਂ ਆਉਣ ਵਾਲੇ ਸਮੇਂ 'ਚ ਹੋਰ ਸੁਧਾਰ ਕਰਾਂਗੇ। ਇਹ ਐਜੂਕੇਸ਼ਨ ਨੂੰ ਲੈ ਕੇ ਬੱਚਿਆਂ ਲਈ ਕੋਈ ਨਵਾਂ ਸਕੂਲ ਕੋਈ ਕਰਿਆ ਜਾਊਗਾ ਜਾਂ ਉਹਨੂੰ ਰੈਨੋਵੇਟ ਕੀਤਾ ਜਾਵੇ। ਮੇਰਾ ਖਿਆਲ ਮੇਰੇ ਭਰਾ ਤੈਨੂੰ ਕੁਝ ਉੱਚਾ ਸੁਣਦਾ। ਮੈਂ ਤੈਨੂੰ ਪਹਿਲਾਂ ਦੱਸਿਆ ਵੀ 2 ਕਰੋੜ 16 ਲੱਖ ਦੀ ਲਾਗਤ ਨਾਲ ਇੱਥੇ ਸਕੂਲ ਬਣਾਤਾ ਫਾਈਵ ਸਟਾਰਟ ਹੋਟਲ ਵਰਗਾ ਕਦਵੇਈ ਨਗਰ ਦੇ ਵਿੱਚ 50 ਕਰੋੜ ਦੀ ਜਗ੍ਹਾ 9000 ਗੱਜ ਪਲੱਸ 2 ਤੱਕ ਸਕੂਲ ਬਣਨ ਲਈ ਜਾ ਰਿਹਾ ਹੈ 8.5 ਕਰੋੜ ਲੱਗ ਰਿਹਾ 3 ਮੰਜਲਾ ਜਾ ਕੇ ਬਿਲਡਿੰਗ ਇੱਥੋਂ ਜਾਣ ਤੋਂ ਬਾਅਦ ਸਿੱਧਾ ਉਹ ਬਿਲਡਿੰਗ ਤੇ ਜਾ ਕੇ ਦੇਖੀਂ ਉਹ ਲੋਕਾਂ ਨੂੰ ਦਿਖਾ ਦੇਈਂ ਐਜੂਕੇਸ਼ਨ ਲਈ ਕੰਮ ਹੋ ਰਿਹਾ ਉੱਤੇ ਜਾ ਕੇ ਦੇਖ ਲਓ ਤੇ ਕਮਰੇ ਟੁੱਟੇ ਪਏ ਸੀ ਉਹਨੂੰ ਬਣਾਉਣ ਵਾਸਤੇ 60 ਲੱਖ ਰੁਪਏ ਦਿੱਤਾ ਉਹਦਾ ਨਵੀਨੀਕਰਨ ਹੋ ਰਿਹਾ ਇਹ ਐਜੂਕੇਸ਼ਨ ਹੈ ਕਿ ਕੀ ਹੈ ਇਹ ਲਾਸਟ ਲਾਸਟ ਕੁਐਸਚਨ ਆ ਸਰ ਲਾਸਟ ਕੁਐਸਚਨ ਆ ਹੁਣ ਜਿਹੜੇ ਸੈਂਟਰਲ ਹਲਕੇ ਦੇ ਜਿਹੜੇ ਲੋਕ ਨੇ ਤੁਸੀਂ ਤੁਸੀਂ ਤਾਂ ਜੀ ਐਸੇ ਤਰੀਕੇ ਨਾਲ ਕਰਦੇ ਹੋ ਨਾ ਵੀ ਲੱਖ ਲੱਖ ਪਾਰਟੀਆਂ ਦੀ ਰਾਜਨੀਤੀ ਮੈਨੂੰ ਕਰਨੀ ਨਹੀਂ ਆਉਂਦੀ ਕੀ ਕਹਦੇ ਆ ਤੂੰ ਵੀ ਮੇਰੇ ਮੈਂ ਸਮਝਿਆ ਨਹੀਂ ਨਹੀਂ ਮੈਂ ਕਹਿੰਦਾ ਜੀ ਤੁਸੀਂ ਤਾਂ ਜੀ ਇਸ ਤਰੀਕੇ ਨਾਲ ਕਰਦੇ ਹੋ ਵੀ ਹਾਸਾ ਆਟੋਮੈਟਿਕਲੀ ਨਿਕਲਦਾ ਵਾ ਜਿਹੜੇ ਮੈਂ ਤਾਂ ਹੱਸ ਕੇ ਚੋਣਾਂ ਉਹ ਲੜ ਰਹੇ ਆ ਮੈਂ ਮੱਥੇ ਤੇ ਵੱਲ ਬਾਗ ਨਹੀਂ ਲਾੜਿਆ ਇਹ ਫੈਸਲਾ ਜਨਤਾ ਨੇ ਕਰਨਾ ਜੋ ਜਨਤਾ ਮ ਥੈਂਕ ਯੂ ਮਿਹਰਬਾਨੀ ਸੋਨਾ ਸੋਵਦੇਰੀ ਅਪਡੇਟਸ ਜੁੜੋਰ ਦਾ ਟਾਈਮਸ ਨਾਲ ਕੈਮਰਾਮੈਨਸ ਨਾਲ ਤੁਮਹਾਰੋ ਦੇ ਨਾਲ ਗੋਦੀਪ ਸਿੰਘ ਨਾਲ ਮਿਲੋ ਦੇਣਾ